ਜਿਹੜਾ ਕਿਸੇ ਦਾ ਆਸ਼ਕ ਹੋ ਜਾਂਦਾ ਨਾ ਉਸ ਪਾਸੇ ਲੱਗਦਾ ਜ਼ਰੂਰ ਹੈ। ਸੋ ਮੈਨੂੰ ਵੀ ਲੱਗੀ ਹੋਈ ਸੀ। ਸੁਰਿੰਦਰ ਛਿੰਦਾ ਜੀ ਜਿਹੜੇ ਮੈਨੂੰ ਇੱਥੇ ਲੈ ਕੇ ਆਏ, ਕਦੇ ਕਦੇ ਅਸੀਂ ਤੁਹਾਡੇ ਸਾਂਝੇ ਕਰ ਲੈਂਦੇ ਸੀ। ਇੱਕ ਦਿਨ ਮੈਂ ਕਿਹਾ ਜਦੋਂ ਬੇਅੰਤ ਸਿੰਘ ਮੋਹਾਲੀ ਦੇ ਸਟੇਡੀਅਮ ਦੇ ਵਿੱਚ ਅਵਾਰਡ ਦੇਣ ਵਾਸਤੇ ਆਏ, ਜਦੋਂ ਦਲੀਪ ਕੁਮਾਰ ਸਾਹਿਬ, ਧਰਮਿੰਦਰ ਜੀ ਸਾਰੇ ਆਏ ਸੀ, ਉਹਨਾਂ ਨੂੰ ਇੱਕ ਅਵਾਰਡ ਦਿੱਤਾ ਗਿਆ ਸੀਗਾ। ਉਸ ਅਵਾਰਡ ਦੇ ਵਿੱਚ ਮੈਂ ਛਿੰਦਾ ਜੀ ਨੂੰ ਕਿਹਾ, ਮੈਂ ਕਿਹਾ ਆ ਜਾਓ ਭਾਜੀ, ਇੱਕ ਇੱਕ ਹੋ ਜਾਏ। ਉਹ ਕਹਿੰਦਾ ਗੁਰਦਾਸ ਮੈਂ ਤਾਂ ਯਾਰ ਛੱਡਦੀ। ਮੈਂ ਕਿਹਾ ਛੱਡੀ ਲਾਗੀ ਛੁੱਟੇ ਨਾ। ਕਹਿੰਦਾ ਨਹੀਂ। ਮੈਂ ਕਿਹਾ ਛੱਡੀ ਕਿਵੇਂ? ਕਹਿੰਦਾ ਮੈਂ ਦਰਬਾਰ ਸਾਹਿਬ ਗਿਆ ਸੀ, ਰਹਿ ਰਾਸਤਾ ਵਿਹੜਾ ਸੀ। ਕਹਿੰਦਾ ਉੱਥੇ ਮੈਂ ਅਰਦਾਸ ਕੀਤੀ, ਕਹਿੰਦਾ ਦੂਜੇ ਦਿਨ ਪੀਣ ਨੂੰ ਦਿਲ ਨਹੀਂ ਕੀਤਾ। ਇਮਾਨਦਾਰੀ ਦੀ ਗੱਲ, ਇੱਥੇ ਖੜ ਕੇ ਝੂਠ ਨਹੀਂ ਬੋਲ ਸਕਦਾ, ਕਿਉਂਕਿ ਮਾਲਕ ਦਾ ਦਰ ਉਹ ਬਖਸ਼ਦਾ ਨਹੀਂ। ਝੂਠਿਆਂ ਨੂੰ ਤਾਂ ਖਾਸ ਕਰਕੇ ਝੂਠਾਂ ਨੂੰ ਚੰਗਾ ਹੀ ਲੱਗਦਾ। ਸੱਚ ਦੇ ਵਿੱਚ ਸੱਚ ਬੋਲ ਜੇ ਉਹਨੂੰ ਬੜੀ ਵੀ ਕਰ ਦੋ ਜਹਾਨਾਂ ਤੋਂ ਬੜੀ ਕਰ। ਮੇਰੀ ਵਾਰੀ ਆ ਗਈ ਹੁਣ। ਮੇਰਾ ਖਿਆਲ ਹੈ 10 ਦਿਨਾਂ ਦੇ ਵਿੱਚ ਹੀ ਮੈਂ ਉੱਥੇ ਪਹੁੰਚ ਗਿਆ। ਮੇਰਾ ਵੀ ਪ੍ਰੋਗਰਾਮ ਸੀ। ਮੈਂ ਕਿਹਾ ਯਾਰ ਮੈਨੂੰ ਸੁਰਿੰਦਰ ਛਿੰਦਾ ਜੀ ਦੇ ਬੋਲ ਯਾਦ ਆਏ, ਉਹੀ ਰਹਿ ਰਾਸ ਦਾ ਵੇਲਾ, ਅਰਦਾਸ ਚੱਲ ਰਹੀ ਹੈ, ਮੇਰੇ ਹੱਥ 'ਚ ਕੜਾਹ ਪ੍ਰਸਾਦ ਦੀ ਦੇਗ ਹੈ, ਮੇਰੇ ਹੱਥੋਂ ਡੁੱਲ ਰਹੇ ਹੈ। ਮੈਂ ਕਿਹਾ ਬਖਸ਼ ਦੇ ਬਾਬਾ ਮੇਰੇ ਬਾਬਾ, ਮੈਂ ਛੱਡਣਾ ਚਾਹੁੰਦਾ ਇਸ ਨਤ ਤੋਂ, ਮੈਂ ਬਰੀ ਹੋਣਾ ਚਾਹੁੰਦਾ। ਤੁਸੀਂ ਇਮਾਨ ਦੀ ਗੱਲ ਸੋਚੋ, ਮੈਂ ਉੱਥੋਂ ਚੱਲਿਆ, ਪਟਿਆਲੇ ਰਹਿੰਦਾ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਹਨਾਂ ਦੀ ਘੋੜੇ ਵਾਲੀ ਫੋਟੋ ਬਾਬਾ ਸੋਭਾ ਸਿੰਘ ਜੀ ਨੇ ਤਿਆਰ ਕੀਤੀ ਸੀ, ਉਹ ਫੋਟੋ ਮੈਂ ਉੱਥੇ ਖਰੀਦੀ ਔਰ ਗੱਡੀ ਦੇ ਵਿੱਚ ਰੱਖੀ। ਕੋਈ ਤਲਬ ਨਹੀਂ ਉੱਠੀ। ਦੂਜੇ ਦਿਨ ਜਾ ਕੇ ਮੈਂ ਸਵੇਰੇ ਜਿਹੜੇ ਮੋਸਟਲੀ ਬਾਥਰੂਮ ਦੇ ਵਿੱਚ ਜਾ ਕੇ ਜ਼ਰੂਰ ਕਰਦੇ ਨੇ ਕੰਮ, ਜਿਹੜੇ ਸਿੱਖ ਧਰਮ ਦੀ ਨਾਲ, ਉੱਥੇ ਜਾ ਕੇ ਮੈਂ ਪੀਣ ਲੱਗਿਆ, ਮੈਂ ਲਾ ਲਈ। ਜਦੋਂ ਮੈਂ ਲਾ ਲਈ ਮੈਨੂੰ ਯਾਦ ਆਇਆ, ਬੁਝਾ ਲਈ। ਉਸ ਤੋਂ ਬਾਅਦ ਦਿੱਲੀ ਜੀ ਦੌੜਦਾ, ਕਿਉਂਕਿ ਪਿੱਛੇ ਪਿੱਛੇ ਕਹੋ ਅਸੀਂ ਯਾਰ ਛਡਾਉਂਦਾ ਉਹੀ ਹੈ, ਪਰ ਕੀ ਕਹਿਣਾ ਹੁੰਦਾ ਬਹਾਨਾ, ਉਹ ਯਾਰ ਉੱਥੇ ਮੱਥਾ ਟੇਕ ਲਿਓ, ਉਹਨਾਂ ਦੇ ਚਿਰਾਗ ਜਲਾਇਆ ਕਰੋ, ਸ਼ਹੀਦਾਂ ਦੇ ਚਿਰਾਗ ਜਲਾਇਆ ਕਰੋ, ਆਪਣੇ ਤੇ ਨਹੀਂ ਲੈਣਾ। ਲੈਣ ਕੇ ਦਾਦਾ ਜੀ ਭਲਾ ਕਰ ਲਿਓ, ਕਰਦੇ ਆਪ ਸੱਚੀ ਗੱਲ ਪਿਆਰਿਆ ਵੀ ਸੱਚੀ ਗੱਲ ਪਿਆਰਿਆ ਸਾਨੂੰ ਬਾਬਾ ਨਾਨਕ ਜੀ ਨੇ ਜਗਤਾ। ਤਾਂ ਹੀ ਸਰਕਾਰ ਜੀ ਕਹਿੰਦੇ ਤੁਸੀਂ ਬਾਬਾ ਨਰਾਜ ਸ਼ਾਹ ਜੀ ਦਾ ਪਤਾ ਕੀ ਕਹਿਣਾ ਸੀ, ਪਹਿਲਾਂ ਗੁਰੂ ਨਾਨਕ ਦਾ ਦਰਬਾਰ ਤੇ ਦੂਜਾ ਮੱਕੇ ਉੱਪਰ ਹੋ ਜਾ ਕਰੋ। ਤਬਲੇ ਬਾਂਧੇ ਸੁਣ ਕਰਕੇ ਜਦ ਲੱਗੇ ਕੌਣ ਕਮਾਲ।